ਓਵਰਲੋਡਡ ਟਰਾਲੀ ਤੇ ਬੱਸ ਦੀ ਟੱਕਰ ਦੇ ਵਿੱਚ ਦੋ ਸਵਾਰੀਆਂ ਜ਼ਖਮੀ ਹੋ ਗਿਆ, ਜਿਸ ਕਾਰਨ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ। ਜਾਣਕਾਰੀ ਦਿੰਦੇ ਹੋਏ ਨਿੱਜੀ ਕੰਪਨੀ ਬੱਸ ਦੇ ਡਰਾਈਵਰ ਚੰਚਲ ਸਿੰਘ ਨੇ ਦੱਸਿਆ ਕਿ ਉਹ ਤਲਵਾੜਾ ਤੋਂ ਸਵਾਰੀਆਂ ਭਰ ਕੇ ਦਸੂਹਾ ਜਾ ਰਿਹਾ ਸੀ। ਉਸੇ ਸਮੇਂ ਰੋਡ ਤੇ ਪਰਾਲੀ ਨਾਲ ਓਵਰਲੋਡਡ ਟਰਾਲੀ ਜੋ ਕਿ ਪੂਰੀ ਸੜਕ ਘੇਰ ਕੇ ਚੱਲ ਰਹੀ ਸੀ, ਜਿਸ ਕਾਰਨ ਬੱਸ ਚਾਲਕ ਨੂੰ ਆਪਣੀ ਬੱਸ ਹੀ ਰੋਡ ਤੋਂ ਥੱਲੇ ਉਤਾਰਨੀ ਪਈ। ਪਰ ਤਾਂ ਵੀ ਬੱਸ ਦੇ ਪਿਛਲੇ ਹਿੱਸੇ ਦੇ ਨਾਲ ਟਰਾਲੀ ਦਾ ਕਿਨਾਰਾ ਜਾ ਟਕਰਾਇਆ, ਜਿਸ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਤਾਕਿਆਂ ਦੇ ਕੋਲ ਬੈਠੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ, ਕਿਉਂਕਿ ਬੱਸ ਦੇ ਸ਼ੀਸ਼ੇ ਟੁੱਟ ਗਏ ਸਨ। ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਟਰੈਕਟਰ ਟਰਾਲੀ ਦੇ ਡਰਾਈਵਰ ਨੂੰ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝਣ ਦੀ ਜਗ੍ਹਾ ਲੜਨ ਝਗੜਨ ਲੱਗੇ, ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਤੋਂ ਪਹਿਲਾਂ ਵੀ ਇਹਨਾਂ ਓਵਰਲੋਡਡ ਟਰਾਲੀਆਂ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ, ਜਿਸ ਦੇ ਵਿੱਚ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਪਰ ਫਿਰ ਵੀ ਬੇਧੜਕ ਇਹ ਓਵਰਲੋਡਡ ਟਰੈਕਟਰ ਟਰਾਲੀਆਂ ਸੜਕ ਤੇ ਬੇਖੌਫ ਦੌੜ ਰਹੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਇਹਨਾਂ ਨੂੰ ਰੋਕਣ ਦੇ ਵਿੱਚ ਅਸਮਰਥ ਹੈ। ਫਿਲਹਾਲ ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ। ਇਹ ਹਾਦਸਾ ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਦੇ ਰੋਡ ਤੇ ਵਾਪਰਿਆ। ਹੋਇਆ ਕੀ, ਇੱਧਰ ਰੋਡ ਤੇ ਤੁਰੇ ਜਾਣ ਡੇ ਆ, ਸਿੱਧੀ ਲਿਆ ਕੇ ਗੱਡੀ ਵਿੱਚ ਮਾਰ ਦਿੱਤੀ। ਪਹਿਲਾਂ ਸ਼ੀਸ਼ੇ ਤੋੜੇ, ਮੁੜ ਕੇ ਬਦਮਾਸ਼ੀ ਕੀਤੀ, 25-30 ਮੁੰਡੇ ਲਿਆ ਕੇ ਧੱਕੇ ਨਾਲ ਟਰਾਲੀ ਲੈ ਕੇ ਚੱਲੇ ਗਏ ਜੀ। ਅੱਛਾ, ਪੂਰੀ ਬਦਮਾਸ਼ੀ ਕਰ ਦਿੱਤੀ। ਹੁਣ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹੀ ਕਰਦੇ ਹਾਂ ਪ੍ਰਸ਼ਾਸਨ ਤੋਂ ਜੀ, ਰੋਡ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ, ਇਹ ਰਾਤ ਨੂੰ ਚੱਲਣੀਆਂ ਚਾਹੀਦੀਆਂ, ਦਿਨੇ ਨਹੀਂ ਚੱਲਣੀਆਂ ਚਾਹੀਦੀਆਂ। ਇਹ ਤਾਂ ਬਿਲਕੁਲ ਨਿਰੀ ਬਦਮਾਸ਼ੀ ਹੈ ਇਹ ਜੀ, ਧੱਕੇ। ਭਾਜੀ ਪੁੱਛੋ ਯਾਰ, ਸਵਾਰੀਆਂ ਨੂੰ ਪੁੱਛੋ, ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਧਾ, ਇਹਨੇ ਘੁਮਾਉਂਦਾ ਹੀ ਆਉਂਦੇ ਆ ਪੂਰੇ ਰੋਡ 'ਚ ਇਹ। ਕਹਿੰਦਾ ਮੇਰੇ ਅੱਗੇ ਕਾਰ ਨਾਲ ਬ੍ਰੇਕ ਸਾਡੀ ਸਾਈਡ ਆ ਗਿਆ, ਮੈਂ ਥੱਲੇ ਵੀ ਸੁੱਟੀ ਗੱਡੀ, ਤਾਂ ਵੀ ਉਹਨੇ ਪਿਛਲੀ ਸਾਈਡ ਲਿਆ ਕੇ ਵਿੱਚ ਮਾਰੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਆ ਦੇਖ ਲਓ, ਤੁਹਾਡੇ ਸਾਹਮਣੇ ਹੀ ਹੈ ਜੀ। ਹੁਣ ਮਿਸਤਰੀ ਲਿਆ ਕੇ ਐਸਟੀਮੇਟ ਦੱਸ ਦਿੰਦੇ ਤੁਹਾਨੂੰ ਕਿੰਨਾ। ਸਵਾਰੀਆਂ ਦੇ ਵੀ ਸੱਟਾਂ ਲੱਗੀਆਂ? ਹਾਂਜੀ ਬਿਲਕੁਲ ਜੀ, ਆਹ ਦੇਖੋ, ਅਜੇ ਇੱਕ ਸਵਾਰੀ ਉਹ ਗਈ ਵੀ ਆ ਸੱਟੀਆਂ ਲਗਾਉਣ ਪੱਟੀਆਂ। ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਬੱਸ 'ਚ ਚੜਾਤਾ? ਹਾਂਜੀ, ਦੂਜੀ ਬੱਸ 'ਚ ਸ਼ਿਫਟ ਕੀਤਾ ਜੀ। ਆਏ ਦਿਨ ਆਹ ਓਵਰਲੋਡ ਟਰਾਲੀਆਂ ਲੰਘਦੀਆਂ? ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ, ਬਹੁਤਾ ਹੀ ਜ਼ਿਆਦਾ ਇਹਨਾਂ ਦਾ। ਕੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ? ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਛ ਅੰਡਰਲੋਡ ਕਰਨ, ਜਾਂ ਇਹਨਾਂ ਨੂੰ ਕੋਈ ਮਾਲ ਟਰੱਕ 'ਚ ਪਾਉਣ। ਕੀ ਇਹਨਾਂ ਦਾ ਹਿਸਾਬ ਤਾਂ, ਪੂਰੇ ਰੋਡ ਦੇ ਵਿੱਚ ਤਾਂ ਇਹ ਆਉਂਦੇ ਆ। ਇਹਨਾਂ 'ਤੇ ਨੱਥ ਪਈ ਹੈ ਵੀ ਜੀ, ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਇਹਨਾਂ ਦੇ ਕੁਝ 4-5 ਦਿਨ ਪਹਿਲੇ ਵੀ ਨੰਗਲ ਦੋ ਬੰਦੇ ਮਾਰੇ, ਅਤੇ ਅੱਜ ਫਿਰ ਭਰੀ ਬੱਸ 'ਚ ਲਿਆ ਕੇ ਨਾ ਟਰਾਲੀ ਮਾਰੀ, ਕੱਟ ਮਾਰਦੇ ਆਉਂਦੇ, ਓਵਰਲੋਡ ਓਵਰ ਸਪੀਡ 'ਤੇ ਆਉਂਦੇ ਆ ਜੀ। ਸਵਾਰੀਆਂ 'ਤੇ ਤੁਹਾਡੇ ਸਾਹਿਬ ਇੱਕ ਬੰਦੇ ਸੱਟ ਲੱਗੀ ਹੈ? ਹਾਂਜੀ, ਇੱਕ ਦੇ ਲੱਗੀ ਹੈ ਜੀ, ਇੱਕ ਦਾ ਆਪਾਂ ਦਸੂਹੇ ਭੇਜਿਆ ਜੀ। ਕੀ ਹੁਣ ਪੁਲਿਸ ਤੋਂ ਕੀ ਮੰਗ ਕਰਦੇ? ਇਹਨਾਂ ਕੋਈ ਨੱਥ ਪਾਈ ਹੈ ਜੀ, ਇਹਨਾਂ ਕੰਟਰੋਲ ਕੀਤਾ ਜਾਵੇ ਇਹਨਾਂ 'ਤੇ ਕੁਛ। ਓਮਕਾਰ ਸਿੰਘ ਕੀ ਹੋਇਆ ਤੁਹਾਡੇ ਸੱਟ ਜਿੱਦਾਂ ਲੱਗੀ ਹੈ? ਮੈਂ ਜੀ ਬਾਰੀ ਦੇ ਕੰਢੇ ਬੈਠਿਆ ਸੀ ਜੀ, ਉਹ ਓਵਰਲੋਡ ਟਰਾਲੀ ਆਈ ਅਤੇ ਉਹ ਬੱਸ ਦੇ ਵਿੱਚ ਵੱਜੀ, ਅਤੇ ਜਿਹਦੇ ਨਾਲ ਇਹ ਮੇਰੇ ਸੱਟ ਲੱਗੀ। ਕੀ ਕੰਮ ਕਰਦੇ ਤੁਸੀਂ? ਮੈਂ ਬਿਜਲੀ ਦਾ ਜੀ। ਕੀ ਮੰਗ ਕਰਦੇ ਪੁਲਿਸ ਤੋਂ? ਮੈਂ ਪੁਲਿਸ ਤੋਂ ਇਹ ਮੰਗ ਕਰਦਾ ਕਿ ਇਹ ਓਵਰਲੋਡ ਟਰਾਲੀ ਬੰਦ ਹੋਣ।